ਪੰਜਾਬ ਰੋਡਵੇ ਪਨਬਾਸ ਤੇ ਪੀਆਰਟੀਸੀ ਦੇ ਕੰਟਰੈਕਟ ਬੇਸ ਜਿਹੜੇ ਮਲਾਇਮ ਸੀ ਉਹਨਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਦੇ ਡਿੱਪੂ ਵਾਂਚੇ ਮੌਜੂਦਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਬਸਾਂ ਦੇ ਚੱਕੇ ਜਾਮ ਕਰ ਦਿੱਤੇ ਗਏ ਨੇ ਜਿੱਤੇ 27 ਡਿੱਪੂਆਂ ਦੀਆਂ 2700 ਬਸਾਂ ਅੱਜ ਜੜੀਆਂ ਚੱਕਾ ਜਾਮ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨੇ ਰਾਰੇ ਸਨ ਪਰ ਸਰਕਾਰਾਂ ਵੱਲੋਂ ਕੋਈ ਵੀ ਹੰਗਾਰਾ ਜੜਾ ਨਹੀਂ ਦਿੱਤਾ ਗਿਆ ਸਾਡੇ ਨਾਲ ਮੁਲਾਜ਼ਮ ਵੀ ਮੌਜੂਦ ਹੈ ਉਹਨਾਂ ਨਾਲ ਗੱਲ ਕਰਦਿਆਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਉਂ ਸਰਕਾਰਾਂ ਤੁਹਾਡੇ ਨਾਲ ਵਿਤਕਰਾ ਕਰਦੀਆਂ ਨੇ ਜਰ ਆ ਰਹੀਆਂ ਨੇ ਬਿਲਕੁਲ ਜੀ ਪਿਛਲੇ ਦਿਨੀ ਮਾਨਯੋਗ ਟ੍ਰਾਂਸਪੋਰਟ ਮੰਤਰੀ ਨਾਲ 22 ਯਾਰਾਂ ਨੂੰ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਸਾਨੂੰ ਭਰੋਸਾ ਦਿਵਾਇਆ ਸੀ ਆਉਣ ਵਾਲੀ ਪਹਿਲੀ ਕੈਬਨਿਟ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਪਰ ਉਹ ਕੈਬਨਿਟ ਜਿਹੜੀ 1 ਦਸੰਬਰ ਨੂੰ ਲੰਘ ਚੁੱਕੀ ਆ ਅਸੀਂ ਉਸ ਤੋਂ ਬਾਅਦ ਫਿਰ ਇੱਕ ਹਫ਼ਤੇ ਦਾ ਸਰਕਾਰ ਨੂੰ ਟਾਈਮ ਦਿੱਤਾ ਪਰ ਸਰਕਾਰ ਉਹ ਹੀ ਸਟੇਜਾਂ ਤੇ ਵਾਅਦੇ ਕਰਨ ਵਾਲੀ ਆ ਪਰ ਜ਼ਮੀਨੀ ਪੱਧਰ ਤੇ ਕੋਈ ਵੀ ਮਸਲਾ ਹੱਲ ਨਹੀਂ ਕਰ ਰਹੀ ਇਹ ਜੋ ਸਾਡੀ ਹੜਤਾਲ ਹੋਈ ਹੈ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਹੜਤਾਲ ਕਰਨ ਤੇ ਕਿਉਂਕਿ ਸਰਕਾਰ ਨੇ ਜਿੰਨਾ ਹੜ ਕੋ ਸਮਾਂ ਮੰਗਿਆ ਉਸ ਤੋਂ ਕਈ ਗੁਣਾ ਵੱਧ ਸਮਾਂ ਜਿਹੜਾ ਅਸੀਂ ਸਰਕਾਰ ਨੂੰ ਦੇ ਚੁੱਕੇ ਹਾਂ ਪਰ ਹੁਣ ਅਸੀਂ ਉਹਨਾਂ ਜਿਹੇ ਹੜਤਾਲ ਜਾਰੀ ਰੱਖਾਂਗੇ ਜਿੰਨਾ ਚਿਰ ਸਾਡਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਕੀ ਕੀ ਮੰਗਾ ਤੁਹਾਡੀਆਂ ਜਿਹੜੀਆਂ ਸਰਕਾਰ ਨਹੀਂ ਮੰਨ ਰਹੀ ਸਾਡੀ ਮੇਨ ਮੁਖ ਮੰਗ ਜਿਹੜੀ ਆ ਇੱਕ ਆਮ ਪਬਲਿਕ ਨੂੰ ਲੈ ਕੇ ਆ ਕਿਉਂਕਿ ਪਬਲਿਕ ਨੂੰ ਜਿਹੜੀ ਫ੍ਰੀ ਸਫਰ ਸਹੂਲਤ ਦਿੱਤੀ ਆ ਸਰਕਾਰ ਨੇ ਉਹਦੇ ਵਿੱਚ ਉਹਨਾਂ ਨੂੰ ਸਫਰ ਕਰਨ ਦੇ ਵਿੱਚ ਪਰੇਸ਼ਾਨੀਆਂ ਆਉਂਦੀ ਆ ਸਾਡੀ ਮੇਨ ਮੰਗ ਆ ਪੰਜਾਬ ਰੋਡ ਵੇ ਪੀਆਰਟੀਸੀ ਵੇ 10000 ਨਵੀਂ ਬੱਸ ਪਾਈ ਜਾਵੇ ਜਿੰਨੇ ਵੀ ਕੱਚੇ ਮੁਲਾਜ਼ਮ ਪੰਜਾਬ ਰੋਡਵੇ ਪੰਨਬਾਸ ਤੇ ਪੀਆਰਟੀਸੀ ਵਿੱਚ ਕਿਸੇ ਵੀ ਸੀਟ ਤੇ ਕੰਮ ਕਰਦੇ ਇਹਨਾਂ ਨੂੰ ਤੁਰੰਤ ਮੈਗਮੇ ਦੇ ਵਿੱਚ ਪੱਕਾ ਕੀਤਾ ਜਾਵੇ ਤੇ ਇੱਕ ਜਿਹੜੇ ਸਾਡੇ ਨਗਾਇਜ਼ ਕੰਡੀਸ਼ਨਾਂ ਲਾ ਕੇ ਵਰਕਰ ਜਿਹੜੇ ਡਿਊਟੀਆਂ ਤੋਂ ਫਾਰਕ ਕਰਕੇ ਘਰ ਬਿਠਾਏ ਉਹਨਾਂ ਨੂੰ ਤੁਰੰਤ ਬਹਾਲ ਕਰਕੇ ਡਿਊਟੀਆਂ ਤੇ ਲਿਆ ਜਾਵੇ ਤੇ ਲਗਾਤਾਰ ਮੀਟਿੰਗਾਂ ਵੀ ਤੁਹਾਡੀਆਂ ਸਰਕਾਰ ਦੇ ਨਾਲ ਚੱਲ ਰਹੀਆਂ ਚੱਲ ਰਹੀਆਂ ਸੀ ਕੋਈ ਸਿੱਟਾ ਨਿਕਲਿਆ ਨਹੀਂ ਉਹਦੇ ਵਿੱਚ ਬਿਲਕੁਲ ਜੀ ਮੀਟਿੰਗਾਂ ਹੋਈ ਬਸ ਮੀਟਿੰਗਾਂ ਦੇ ਵਿੱਚ ਲਾਰੇ ਹੀ ਮਿਲਦੇ ਰਹੇ ਆ ਕਿਉਂਕਿ ਜੇ ਉਹਨਾਂ ਸਾਨੂੰ ਭਰੋਸਾ ਦਿਵਾਉਂਦੇ ਰਹੇ ਤੇ ਅਸੀਂ ਉਹਨਾਂ ਦੇ ਕਹਿਣ ਮੁਤਾਬਕ ਆਪਣੀ ਹੜਤਾਲ ਪੋਸਟਪੋਨ ਕਰਦੇ ਰਹੇ ਆ ਪਰ ਜੋ ਹੁਣ ਸਾਨੂੰ ਦਿਖ ਰਿਹਾ ਉਹ ਇੱਕ ਲਾਰੇ ਹੀ ਆ ਕਿਉਂਕਿ ਜੇ ਇਹਨਾਂ ਨੇ ਮਸਲਾ ਹੱਲ ਕਰਨਾ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ ਪਰ ਇਹਨਾਂ ਦੇ ਲਾਰਿਆਂ ਤੋਂ ਅੱਕ ਕੇ ਫਿਰ ਅਸੀਂ ਜਿਹੜੀ ਇਹ ਹੜਤਾਲ ਕੀਤੀ ਹੈ ਰਾਤ ਦਾ ਐਲਾਨ ਕੀਤਾ ਗਿਆ ਸੀ ਕਿ ਜਿਹੜਾ 12 ਵਜੇ ਤੋਂ ਬਾਅਦ ਉਹਨਾਂ ਮਿੱਥੇ ਸਮੇਂ ਲਈ ਹੜਤਾਲ ਤੇ ਜਾਣਗੇ ਸਰਕਾਰ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਬਿਲਕੁਲ ਜੀ ਮੈਕਮੇ ਦੇ ਅਫਸਰਾਂ ਦਾ ਫੋਨ ਆਉਂਦਾ ਸੀ ਸਾਡੇ ਨਾਲ ਇੱਥੇ ਲੋਕਲ ਜੀਐਮ ਸਾਹਿਬਾਂ ਨੇ ਮੀਟਿੰਗਾਂ ਕੀਤੀਆਂ ਬਸ ਉਹਨਾਂ ਨੇ ਇੱਕੋ ਗੱਲ ਕਹੀ ਵੀ ਸਰਕਾਰ ਤੁਹਾਡਾ ਕਰ ਰਹੀ ਆ ਤੁਸੀਂ ਹੜਤਾਲ ਤੇ ਨਾ ਜਾਓ ਪਰ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆਂ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਇੰਨੀਆਂ ਮੀਟਿੰਗਾਂ ਹੋਈਆਂ ਐਨੀ ਵਾਰ ਕਿਹਾ ਵੀ ਉਹ ਕਿਹੜਾ ਦੇਣ ਆਉਣਾ ਵੀ ਜਦੋਂ ਤੁਸੀਂ ਸਾਡਾ ਮਸਲਾ ਹੱਲ ਕਰਨਾ ਸਾਨੂੰ ਇੱਕ ਤਰੀਕ ਦਾ ਦੋ ਵੀ ਐਸ ਤਰੀਕ ਨੂੰ ਅਸੀਂ ਤੁਹਾਡਾ ਕਰ ਰਹੇ ਆ ਜਦੋਂ ਤੁਸੀਂ ਕਿਹਾ ਸੀ ਪਹਿਲੀ ਕੈਬਨਟ ਵਿੱਚ ਉਹ 1 ਦਸੰਬਰ ਨੂੰ ਲੰਘ ਚੁੱਕੀ ਆ ਉਸ ਤੋਂ ਬਾਅਦ ਫਿਰ ਇੱਕ ਹਫਤੇ ਦਾ ਟਾਈਮ ਦਿੱਤਾ ਸਰਕਾਰ ਨੂੰ ਪਰ ਸਰਕਾਰ ਉਹ ਲਾਰੇ ਲੱਪੇ ਲਾ ਕੇ ਆਪਣਾ ਟਾਈਮ ਲਗਾਉਣਾ ਚਾਹੁੰਦੀ ਆ ਪਰ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਡਾ ਮਸਲਾ ਨਾ ਹੱਲ ਕੀਤਾ ਤਾਂ ਔਣ ਵਾਲੇ ਸਮੇਂ ਵਿੱਚ ਜਦੋਂ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਓਗੇ ਤੇ ਸਾਡੇ ਭੈਣ ਭਰਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਅਸੀਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਇਸ ਸੀਟ ਦੇ ਬਿਠਾਇਆ ਸੀ ਪਰ ਔਣ ਵਾਲੇ ਸਮੇਂ ਵਿੱਚ ਤੁਸੀਂ ਮਤ ਸੋਚੋ ਵੀ ਜਿੱਦਾਂ ਤੁਹਾਡੇ ਡੱਬੇ ਆਉਣਗੇ ਪਿੰਡਾਂ ਦੇ ਵਿੱਚ ਲੀ ਮੋੜਾਂਗੇ ਤੇ ਇਹ ਮਾ ਸੋਚਿਓ ਵੀ ਤੁਹਾਡੇ ਡੱਬਿਆਂ ਦੇ ਵਿੱਚੋਂ ਕੋਈ ਇੱਕ ਵੀ ਬੋਟ ਜਿਹੜੀ ਉਹ ਤੁਹਾਡੇ ਹੱਕ ਵਿੱਚ ਨਿਕਲ ਜੂਗੀ ਐਸੇ ਹੜਤਾਲ ਨੂੰ ਫੇਲ ਕਰਨ ਦੀ ਲਈ ਸਰਕਾਰ ਵੱਲੋਂ ਕਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਨਟ੍ਰੇਡ ਬੰਦੇ ਬੱਸਾਂ ਤੇ ਚੜਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਜੀ ਪਰੋਸੇ ਜੋਗ ਸੂਤਰਾਂ ਤੋਂ ਪਤਾ ਲੱਗਾ ਹੋਣਾ ਹੀ ਕਿ ਸਰਕਾਰ ਅਨਟ੍ਰੇਡ ਬੰਦੇ ਟੈਂਪਰੇਰੀ ਨੰਬਰ ਦੇ ਕੇ ਉਹਨਾਂ ਨੂੰ ਬੱਸਾਂ ਚਲਾਉਣ ਵਾਸਤੇ ਹੜਤਾਲ ਨੂੰ ਫੇਲ ਕਰਨ ਵਾਸਤੇ ਚਲਾ ਰਹੀ ਆ ਪਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਨਾ ਟ੍ਰੇਨ ਬੰਦੇ ਆ ਅੱਜ ਮੌਸਮ ਦੇਖੋ ਧੁੰਦ ਪੈ ਰਹੀ ਆ ਬਾਹਰ ਹਾਲਾਤ ਬਹੁਤ ਆ ਟ੍ਰੈਫਿਕ ਕਿੰਨਾ ਜ਼ਿਆਦਾ ਤੇ ਕੋਈ ਨਾ ਟ੍ਰੇਨ ਬੰਦਾ ਬੱਸ ਲੈ ਕੇ ਜਾਊਗਾ ਉਹਦੇ ਵਿੱਚ ਭਰੀ ਹੋਈ ਸਵਾਰੀਆਂ ਦੀ ਬੱਸ ਰੱਬ ਨਾ ਕਰੇ ਉਹਨਾਂ ਸਖਾਵੀ ਘਟਨਾ ਵਾਪਰ ਜੇ ਕੋਈ ਉਹਦਾ ਜ਼ਿੰਮੇਵਾਰ ਕੌਣ ਆ ਸਰਕਾਰ ਆ ਜ਼ਿੰਮੇਵਾਰ ਸਰਕਾਰ ਆਪਣੀ ਜ਼ਿੰਮੇਵਾਰੀ ਲੈ ਗਈ ਇਸ ਚੀਜ਼ ਦੀ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੇ ਜੇ ਗੱਲ ਕਰੀਏ ਟਰਾਂਸਪੋਰਟ ਦੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਕੀ ਪੀਤੇ ਤਿੰਨ ਵੀ ਟਰਾਂਸਪੋਰਟ ਮੰਤਰੀ ਨੇ ਵੀ ਕਿਹਾ ਹੈ ਕਿ ਜਿਹੜਾ ਸਾਡਾ ਕਮਾਈ ਦਾ ਘਰ ਜਿਹੜਾ ਹੈ ਪੰਜਾਬ ਰੋਡਵੇਜ ਪੀਆਰਟੀਸੀ ਹੈ ਪਨpasse ਫਿਰ ਕਮਾਈ ਪੁੱਤਰ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਕਿਉਂ ਵਿਤਕਰਾ ਕੀਤਾ ਜਾ ਰਿਹਾ ਬਸ ਸਰਕਾਰ ਨੂੰ ਇਹੀ ਸੋਚਣਾ ਚਾਹੀਦਾ ਵੀ ਜੇ ਅਸੀਂ ਸਰਕਾਰ ਪੈਸਾ ਕਮਾਰੀਆਂ ਬਸਾਂ ਕਮਾਈ ਕਰ ਰਹੀ ਆ ਪਰ ਉਹਨਾਂ ਦੇ ਜਿਹੜੇ ਮੁਲਾਜ਼ਮ ਉਹਨਾਂ ਦੀ ਡਿਊਟੀਆਂ ਕਰਦੇ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਕੁਝ ਨਾ ਕੁਝ ਦੇਣਾ ਚਾਹੀਦਾ ਸਾਨੂੰ 14-14 ਸਾਲ ਤੋਂ ਹੋ ਗਏ ਸਰਕਾਰ ਤੱਕੇ ਖਾਣ ਦੇ ਆ ਨੂੰ ਕਮਾਈ ਕਰਕੇ ਦੇ ਰਿਹਾ ਸਰਕਾਰ ਨੂੰ ਪਰ ਸਰਕਾਰ ਸਾਡੀ ਸੁਣਦੀ ਕੋਈ ਨਹੀਂ ਅੱਜ ਤੱਕ ਸਾਨੂੰ ਕਿਸੇ ਪਾਸੇ ਲਾਇਆ ਹੀ ਨਹੀਂਗਾ ਜੇ ਸਰਕਾਰ ਅੱਜ ਸਾਨੂੰ ਕਿਸੇ ਪਾਸੇ ਲਾਇਆ ਹੁੰਦਾ ਸਾਨੂੰ ਕੀ ਲੋੜ ਮਜਬੂਰੀ ਨਾਲ ਹੜਤਾਲ ਕਰਨ ਦੀ ਕਿਉਂ ਲੋਕ ਪਰੇਸ਼ਾਨ ਹੁੰਦੇ ਅਸੀਂ ਕਿਉਂ ਪਰੇਸ਼ਾਨ ਹੋਈਏ ਸਾਡਾ ਦਿਲ ਨਹੀਂ ਕਰਦਾ ਅਸੀਂ ਮਜਬੂਰ ਹੋ ਕੇ ਕੰਮ ਕਰਦੇ ਆਂ ਬਿਲਕੁਲ ਜੇ ਗੱਲ ਕਰੀ ਅੱਜ ਲੱਖਾਂ ਲੋਕ ਜਿਹੜੇ ਪਰੇਸ਼ਾਨ ਹੋਣਗੇ ਕਿਉਂਕਿ 27 ਡੀਪੂਆਂ ਤੇ ਜਿਹੜੇ ਹੜਤਾਲ ਚੱਲ ਰਹੀ ਹੈ ਕਈ ਲੋਕ ਸਰਕਾਰੀ ਲੋਕ ਵੀ ਜਿਹੜੇ ਪੰਜਾਬ ਰੋਡ 'ਤੇ ਸਫਰ ਕਰਦੇ ਉਹ ਵੀ ਪਰੇਸ਼ਾਨ ਹੋ ਗਏ ਉਹਨਾਂ ਲਈ ਕੀ ਕਹਿਣਾ ਚਾਹੀਦਾ ਅਸੀਂ ਆਮ ਪਬਲਿਕ ਤੋਂ ਮਾਫੀ ਚਾਹੁੰਦੇ ਆ ਪਰ ਸਾਡੀ ਮਜਬੂਰੀ ਆ ਸਾਡਾ ਸ਼ੌਂਕ ਨਹੀਂ ਇਹ ਕਿਉਂਕਿ ਅਸੀਂ ਮਜਬੂਰੀ ਸਾਨੂੰ ਇਹ ਨੈਚਰ ਹੋ ਗਿਆ ਸਮਾਂ ਤੱਕੇ ਖਾਂਦਿਆਂ ਨੂੰ ਨਗੂਣੀਆਂ ਤਨਖਾਹਾਂ 'ਤੇ ਡਿਊਟੀਆਂ ਕਰਦੇ ਰਹੇ ਆ ਪਰ ਸਰਕਾਰ ਨੂੰ ਸਾਡੇ 'ਤੇ ਬਰ ਕੋਈ ਸੋਚਣਾ ਚਾਹੀਦਾ ਅਸੀਂ ਆਮ ਪਬਲਿਕ ਨੂੰ ਕਹਿੰਦੇ ਆ ਸਾਡਾ ਸਾਥ ਦਿਓ ਜੇ ਸਾਡਾ ਸਾਥ ਦਿਓਗੇ ਮਹਿਕਮਾ ਬਚਿਆ ਰਹੂਗਾ ਤੁਹਾਨੂੰ ਵੀ ਸਫਰ ਸਹੂਲਤ ਮਿਲਦੀ ਰਹੂਗੀ ਪਰ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇ ਤੇ ਜਿਹੜੀ ਆ ਇੱਕ ਹੋਰ ਗੱਲ ਪਤਾ ਲੱਗੀ ਸੂਤਰਾ ਤੋਂ ਕੋਈ ਪਰਚਿਆਂ ਦੀ ਗੱਲ ਵੀ ਕੀਤੀ ਜਾ ਰਹੀ ਸੀ ਜੇ ਬੰਦ ਬੰਦ ਕੀਤਾ ਜਾਂ ਸੜਕਾਂ ਤੇ ਉਤਰੇ ਤੇ ਪਰਚੇ ਕੀਤੇ ਜਾਣਗੇ ਕੀ ਉਹ ਗੱਲ ਹੈਗੀ ਸਾਰੀ ਬਿਲਕੁਲ ਜੀ ਸਰਕਾਰ ਮਲਾਜ਼ਮਾਂ ਨੂੰ ਕੁਝ ਦੇਣ ਦੀ بجائے ਉਲਟੇ ਸਾਡੇ ਤੇ ਪਰਚੇ ਕਰਾ ਰਹੀ ਆ ਪਰਚਿਆਂ ਤੋਂ ਕੋਈ ਚੱਕਰ ਨਹੀਂ ਪਰਚਿਆਂ ਤੋਂ ਅਸੀਂ ਡਰਦੇ ਨਹੀਂਗੇ ਪਰਚੇ ਹੁੰਦੇ ਪਰਚੇ ਇਨਸਾਨਾਂ ਦੇ ਹੁੰਦੇ ਆ ਕੋਈ ਗੱਲ ਨਹੀਂ ਇੱਕ ਦੇ ਛੱਡ ਕੇ ਦੋ ਦੋ ਪਰਚੇ ਕਰਾ ਪਰ ਜੋ ਆ ਸਾਡਾ ਸੰਘਰਸ਼ ਆ ਜੋ ਸਾਡਾ ਹੱਕ ਆ ਉਹ ਅਸੀਂ ਆਪਣਾ ਲੈਣਾ ਹੀ ਲੈਣਾ ਜੇ ਗੱਲ ਕਰੀਏ ਲੋਕ ਤਾਂ ਚਲੋ ਪੰਜਾਬ ਸੂਬੇ ਦੇ ਪਰੇਸ਼ਾਨ ਅੱਜ ਹੋਣਗੇ ਹੋਣਗੇ ਪਰ ਕਿੰਨਾ ਘਾਟਾ ਜਿਹੜਾ ਸਰਕਾਰ ਨੂੰ ਜਿਹੜਾ ਪਵੇਗਾ ਐਸਟਾਂ ਇਹ ਵੇਖੋ ਜੀ ਅੱਜ ਤੋਂ ਘਟੋ ਘਟ ਵੀ ਕਰੋੜਾਂ ਨਾਲ ਕਹਿ ਸਕਦੇ ਅਰਬਾਂ ਅਰਬ ਸਰਕਾਰ ਨੂੰ ਘਾਟਾ ਪੈਗਾ ਕਿਉਂਕਿ 27 ਦੇ 27 ਡਿਪੂ ਪੰਨ ਵਾਸਤੇ ਔਰ ਪੀਆਰਟੀਸੀ ਦੇ 27 ਦੇ 27 ਡਿਪੂ ਮੁਕੰਮਲ ਤੌਰ ਤੇ ਅੱਜ ਬੰਦ ਆ ਜੇ ਇੰਨਾ ਘਾਟਾ ਪੈ ਰਿਹਾ ਤੇ ਫਿਰ ਕਿਉਂ ਨਹੀਂ ਸਰਕਾਰ ਇਧਰ ਨੂੰ ਧਿਆਨ ਦਿੰਦੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਆਪ ਨੂੰ ਕਿ ਜੇ ਅਸੀਂ ਇੰਨਾ ਨਾ ਘਾਟਾ ਸਹਿ ਰਹੇ ਆ ਉਹਨਾਂ ਨੂੰ ਇਹਨਾਂ ਦੇ ਮੁਲਾਜ਼ਮਾਂ ਨੂੰ ਦਈਏ ਕੁਝ ਨਜ਼ਾਰ ਕਿੰਨਾ ਕਿੰਨਾ ਜੀਐਸਟੀ ਠੇਕੇਦਾਰ ਨੂੰ ਕਟਾਰੀ ਹੈ ਸਰਕਾਰ ਉਹਦੇ ਬਾਰੇ ਨਹੀਂ ਸੋਚੇ ਸਰਕਾਰ ਨੂੰ ਸਭ ਪਤਾ ਵਾ ਪਰ ਸਰਕਾਰ ਦੇ ਪਤਾ ਨਹੀਂ ਕਿ ਕੀ ਉਹਨਾਂ ਦੀ ਮੇਲੇ ਭੁਗਤੀ ਅਫਸਰਾਂ ਦੀ ਤੇ ਸਰਕਾਰ ਦੀ ਕਿਉਂ ਨਹੀਂ ਠੇਕੇਦਾਰ ਨੂੰ ਬਾਹਰ ਕੱਢ ਰਿਹਾ ਵਿੱਚੋਂ ਤੇ ਕਿਉਂ ਨਹੀਂ ਸਰਕਾਰ ਇਹ ਸਿੱਧੀ ਸਾਨੂੰ ਤਨਖਾਹ ਦੇ ਰਹੀ ਜੇ ਹੁਣ ਹੜਤਾਲ ਸ਼ੁਰੂ ਹੋ ਗਈ ਹੈ ਸਰਕਾਰ ਵੱਲੋਂ ਕੋਈ ਮੀਟਿੰਗ ਦਿੱਤੀ ਜਾਂਦੀ ਹੈ ਜਾਂ ਉਹਦੇ ਵਿੱਚ ਸਿਰਫ ਐਨੇ ਹੀ ਕਿਹਾ ਜਾਂਦਾ ਕਿ ਜਲਦੀ ਤੁਹਾਡਾ ਫੈਸਲਾ ਜਿਹੜਾ ਕੀਤਾ ਜਾਵੇਗਾ ਕਿ ਜਿਹੜਾ ਇਹ ਸੰਘਰਸ਼ ਹੈਗਾ ਉਹ ਬੰਦ ਕਰ ਦਿੱਤਾ ਜਾਵੇਗਾ ਕਿ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਮੰਗਾਂ ਨਹੀਂ ਪੂਰੀਆਂ ਹੋਣ। ਬਿਲਕੁਲ ਜੀ ਜੇ ਸਰਕਾਰ ਮੀਟਿੰਗ ਵਾਸਤੇ ਬੁਲਾਊਗੀ ਜਰੂਰ ਮੀਟਿੰਗ ਕਰਨ ਜਾਵਾਂਗੇ ਪਰ ਜਿੰਨਾ ਚਿਰ ਮੀਟਿੰਗ ਕਰਕੇ ਉਹ ਸਾਡਾ ਕੋਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਹੜਤਾਲ ਸਾਡੀ ਇਸੇ ਤਰ੍ਹਾਂ ਜਾਰੀ ਰਹੂਗੀ ਨੋਟੀਫਿਕੇਸ਼ਨ ਤੱਕ ਜਾਰੀ ਰਹੂਗੀ ਜਿੰਨਾ ਚਿਰ ਨੋਟੀਫਿਕੇਸ਼ਨ ਨਹੀਂ ਹੁੰਦਾ। ਜੇ ਗੱਲ ਕਰੀਏ ਸਰਕਾਰ ਨੇ ਅੰਦੇਖਾ ਕੀਤਾ। ਤੇ ਅਗਲੀ ਰਣਨੀਤੀ ਕੀ ਹੋਗੀ ਕਿਉਂਕਿ ਚੱਕਾ ਜਾਮ ਤਾਂ ਬਿਲਕੁਲ ਹੋ ਗਿਆ ਹੁਣ ਅਗਲੀ ਰਣਨੀਤੀ ਕੀ ਰਵੇਗੀ ਅਗਲੀ ਰਣਨੀਤੀ ਕੱਲ ਨੂੰ ਅਸੀਂ ਮਾਨਯੋਗ ਸੀਐਮ ਸਾਹਿਬ ਦੀ ਕੋਠੀ ਦੇ ਅੱਗੇ ਪੱਕੇ ਤੌਰ ਤੇ ਧਰਨਾ ਲਾਉਣ ਜਾ ਰਹੇ ਹਾਂ ਫਿਰ ਵੀ ਜੇ ਕੋਈ ਮਸਲਾ ਨਾ ਹੱਲ ਹੋਇਆ ਤਾ ਸਾਡੀ ਸੈਂਟਰ ਦੀ ਲੀਡਰਸ਼ਿਪ ਜਿੱਦਾਂ ਜਿੱਦਾਂ ਅੱਗੇ ਸਾਨੂੰ ਪ੍ਰੋਗਰਾਮ ਦੋਗੇ ਉਦਾਂ-ਉਦਾਂ ਕਰਾਂਗੇ ਉਹਦੇ ਵਿੱਚ ਨੈਸ਼ਨਲ ਹਾਈਵੇ ਜਾਮ ਜਾਂ ਇਸ ਤੋਂ ਵੱਡੇ ਕੋਈ ਹੋਰ ਤਰ੍ਹਾਂ ਜਿੱਦਾਂ ਦੇ ਵੀ ਪ੍ਰੋਗਰਾਮ ਕਿਉਂਕਿ ਅਸੀਂ ਭਰਾਤਰੀ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਜਿੰਨੀਆਂ ਵੀ ਜਥੇਬੰਦੀਆਂ ਆਪਾਂ ਸਟੂਡੈਂਟ ਆ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਸਮਰਥਨ ਦਿੱਤਾ ਕਿਸਾਨ ਜਥੇਬੰਦੀਆਂ ਨੇ ਵੀ ਆਪਣੀਆਂ ਸਟੇਜਾਂ ਤੋਂ ਐਲਾਨ ਕੀਤਾ ਕਿ ਚੰਨੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੀ ਜੇ ਇਹਨਾਂ ਦਾ ਮਸਲਾ ਨਾ ਹੱਲ ਕੀਤਾ ਤਾਂ ਉਹ ਵੀ ਸਾਡੇ ਨਾਲ ਆਣ ਕੇ ਸੜਕਾਂ ਦੇ ਉੱਤੇ ਬਹਿਣਗੇ ਜਿਹਦਾ ਸਰਕਾਰ ਨੂੰ ਜੇ ਸਰਕਾਰ ਤੱਕਾ ਕਰੂਗੀ ਤੇ ਉਹ ਆਜਾ ਸਰਕਾਰ ਨੂੰ ਭੁਗਤਣਾ ਪਊਗਾ ਬਿਲਕੁਲ ਜਿਸ ਤਰ੍ਹਾਂ ਕਿ ਮੁਲਾਜ਼ਮਾ ਦੇ ਨਾਲ ਗੱਲਬਾਤ ਕੀਤੀ ਇਸੇ ਤਰ੍ਹਾਂ ਹੀ ਤੁਹਾਨੂੰ ਮੈਂ ਹੋਰ ਦੱਸਣਾ ਚਾਹਨਾ ਕਿ ਜਿਹੜਾ ਸਰਕਾਰ ਵੱਲੋਂ ਜਿਹੜਾ ਇਸ ਸੰਘਰਸ਼ ਨੂੰ ਫੇਲ ਕਰਨ ਦੇ ਲਈ ਜਿਹੜਾ ਇਹ ਅਨਟ੍ਰੇਨਡ ਬੰਦਿਆਂ ਨੂੰ ਬਸਾਂ ਤੇ ਚੜਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕੀ ਮੌਸਮ ਜਿਹੜਾ ਠੰਡ ਦਾ ਚੱਲ ਰਿਹਾ ਤੂੰਦਾ ਵੀ ਪੈਂਦੀ ਹੈ ਅਨਟਰੈਂਡ ਬੰਦੇ ਜਦੋਂ ਬੱਸਾਂ ਚਲਾਣਗੇ ਤੇ ਕਿਸੇ ਦਿਨ ਕਿਤੇ ਹਾਦਸੇ ਵੀ ਹੁੰਦੇ ਜਿਹੜੇ ਨੇ ਰਾਨਗੇ ਉਸ ਨੂੰ ਲੈ ਕੇ ਵੀ ਜਿਹੜੇ ਮਲਾਜ਼ਮਾਂ ਦੇ ਵਿੱਚ ਕਾਫੀ ਰੋਸ਼ ਦਿਖਾਈ ਦੇ ਰਿਹਾ ਹੈ ਉੱਥੇ ਹੀ ਜਿਹੜੇ ਹੈ ਪੰਜਾਬ ਰੋਡਵੇ ਪਨ ਬੱਸ ਪੀਆਰਟੀਸੀ ਦੇ ਕੰਟਰੈਕਟ ਬੇਸ ਜਿਹੜੇ ਮਲਾਜ਼ਮ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਹੋਣ ਵੀ ਉਹਨਾਂ ਵੱਲ ਧਿਆਨ ਨਾ ਦਿੱਤਾ ਤੇ ਸੰਘਰਸ਼ ਜਿਹੜਾ ਹੋਰ ਤਿੱਖਾ ਕੀਤਾ ਜਾਊਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪੂ ਵੰਦੀਆਂ ਕਿਸ ਤਰ੍ਹਾਂ ਜੜੀਆਂ ਕਾਰੀ ਬਸਾਂ ਦੇ ਚੱਕੇ ਜਾਮ ਜਿਹੜੇ ਕੀਤੇ ਗਏ ਨੇ ਤੇ ਲਗਾਤਾਰ ਜਿਹੜੇ ਕੱਚੇ ਮੁਲਾਜ਼ਮ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਦੇ ਨੇ ਇਹ ਨਜ਼ਰ ਆ ਰਹੇ ਸੀ ਪਰ ਫਿਰ ਵੀ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਨੂੰ ਲੈ ਕੇ ਹੁਣ ਜਿਹੜਾ ਹੈ ਸੰਘਰਸ਼ ਜਿਹੜਾ ਤਿੱਖਾ ਹੁੰਦਾ ਨਜ਼ਰ ਆ ਰਿਹਾ ਤੇ ਅਣਮਿੱਥੇ ਸਮੇਂ ਲਈ ਜਿਹੜੀ ਬਸਾਂ ਦੀ ਹੜਤਾਲ ਉਹ ਵੀ ਸ਼ੁਰੂ ਜੜੀ ਹੋ ਗਈ ਹੈ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਜਲੰਧਰ